ਸ੍ਰੀ ਅਕਾਲ ਜੀ, ਮੈਂ ਪਰਮਜੀਤ ਕੌਰ ਮਲੇਰਕੋਟਲਾ ਤੋਂ ਅੱਜ ਤੁਹਾਡੇ ਅੱਗੇ ਆਪਣੀ ਇੱਕ ਲਿਖੀ ਹੋਈ ਕਹਾਣੀ ਪੇਸ਼ ਕਰਨ ਜਾ ਰਹੀ ਹਾਂ, ਜਿਸ ਦਾ ਸਿਰਲੇਖ ਹੈ ਉੱਚੀ ਅੱਡੀ ਦੇ ਸੈਂਟਰ। ਇਹ ਕਹਾਣੀ ਇੱਕ ਵਿਧਵਾ ਔਰਤ ਦੀ ਤ੍ਰਾਸਦੀ ਹੈ। ਮੇਰੀ ਇਹ ਕਹਾਣੀ ਕਾਲਪਨਿਕ ਹੈ, ਇਸਦੇ ਪਾਤਰ, ਇਸ ਦੀਆਂ ਘਟਨਾਵਾਂ ਸਭ ਕਾਲਪਨਿਕ ਹਨ। ਇਸਦਾ ਕਿਸੇ ਵੀ ਵਿਅਕਤੀ ਵਿਸ਼ੇਸ਼ ਦੇ ਨਾਲ ਕੋਈ ਵੀ ਸੰਬੰਧ ਨਹੀਂ, ਪਰੰਤੂ ਫਿਰ ਵੀ ਜੇਕਰ ਕਿਸੇ ਦੀਆਂ ਨਿੱਜੀ ਭਾਵਨਾਵਾਂ ਨੂੰ ਠੇਸ ਪਹੁੰਚੇ ਤਾਂ ਉਸ ਲਈ ਮਾਫ਼ੀ ਦੀ ਯਾਚਕ ਹਾਂ ਜੀ। ਹਰਮਨ ਜੋ ਕਿ ਇੱਕ ਸੋਹਣੀ ਸੁਨੱਖੀ ਅਤੇ ਹੋਣਹਾਰ ਲੜਕੀ ਸੀ, ਪਰ ਉਸਦਾ ਪਤੀ ਭਾਵੇਂ ਸਰਕਾਰੀ ਨੌਕਰੀ 'ਤੇ ਸੀ ਪਰ ਅੱਤ ਦਾ ਸਰਾਬੀ ਸੀ। ਵਿਆਹ ਨੂੰ ਅਜੇ 3 ਸਾਲ ਹੋਏ ਸੀ ਅਤੇ ਪਰਮਾਤਮਾ ਨੇ ਇੱਕ ਧੀ ਵੀ ਦਿੱਤੀ। ਆਪਣੇ ਪਤੀ ਕਰਕੇ ਹਰਮਨ ਨੇ ਸਹੁਰੇ ਘਰ ਕਦੇ ਵੀ ਇੱਕ ਵੀ ਦਿਨ ਖੁਸ਼ੀ ਦਾ ਨਹੀਂ ਸੀ ਕੱਢਿਆ। ਕਦੇ ਕਦੇ ਉਹ ਸੋਚਦੀ ਕਿ ਉਹ ਇਸ ਰਿਸ਼ਤੇ ਤੋਂ ਆਜ਼ਾਦ ਹੋ ਜਾਏ, ਪਰ ਅਗਲੇ ਹੀ ਪਲ ਉਸਨੂੰ ਆਪਣੀ ਧੀ ਦਾ ਖਿਆਲ ਆ ਜਾਂਦਾ, ਕਿਉਂਕਿ ਉਹ ਮਹਿਸੂਸ ਕਰਦੀ ਵੀ ਜੇਕਰ ਮੈਂ ਘਰ ਛੱਡ ਕੇ ਗਈ ਤਾਂ ਮੇਰੇ ਪੇਕੇ ਜਲਦੀ ਹੀ ਦੂਜਾ ਵਿਆਹ ਕਰ ਦੇਣਗੇ ਅਤੇ ਮੇਰੀ ਧੀ ਨੇ ਰੁੱਲ ਜਾਣਾ। ਹਰਮਨ ਦੀ ਸੱਸ ਵੀ ਬਹੁਤ ਚੰਗੀ ਸੀ, ਜਿਹੜੀ ਉਸਨੂੰ ਆਪਣੀਆਂ ਧੀਆਂ ਵਾਂਗ ਪਿਆਰ ਕਰਦੀ ਸੀ। ਇੱਕ ਦਿਨ ਨਸ਼ੇ ਦੀ ਜ਼ਿਆਦਾ ਮਾਤਰਾ ਲੈਣ ਕਰਕੇ ਹਰਮਨ ਦੇ ਪਤੀ ਦੀ ਮੌਤ ਹੋ ਗਈ। ਹਰਮਨ ਲਈ ਜ਼ਿੰਦਗੀ ਪਹਾੜ ਬਣ ਗਈ। ਅਜੇ ਸਾਰੀ ਜ਼ਿੰਦਗੀ ਪਈ ਸੀ ਉਸਦੀ। ਜੇ ਆਪਣੀ ਜ਼ਿੰਦਗੀ ਬਾਰੇ ਸੋਚਦੀ ਤਾਂ ਆਪਣੀ ਬੁੱਢੀ ਸੱਸ, ਜਿਸ ਦਾ ਕੋਈ ਸਹਾਰਾ ਨਹੀਂ ਸੀ, ਉਸਦਾ ਖਿਆਲ ਆਉਂਦਾ। ਫਿਰ ਹਰਮਨ ਨੇ ਫੈਸਲਾ ਲਿਆ ਕਿ ਉਹ ਸਾਰੀ ਜ਼ਿੰਦਗੀ ਆਪਣੀ ਧੀ ਅਤੇ ਆਪਣੀ ਸੱਸ ਨਾਲ ਹੀ ਬਤੀਤ ਕਰ ਲਵੇਗੀ, ਕਿਉਂਕਿ ਵਿਆਹ ਦੇ ਨਾਮ ਤੋਂ ਤਾਂ ਉਸਨੂੰ ਨਫ਼ਰਤ ਹੋ ਗਈ ਸੀ। ਹਰਮਨ ਦੇ ਪਤੀ ਨੇ ਨਸ਼ੇ ਵਿੱਚ ਸਭ ਕੁਝ ਉਡਾ ਦਿੱਤਾ ਸੀ। ਹੁਣ ਉਹਨਾਂ ਦੇ ਪੱਲੇ ਕੁਝ ਵੀ ਨਹੀਂ ਸੀ। ਉਹਨਾਂ ਦਾ ਗੁਜ਼ਾਰਾ ਵੀ ਔਖਾ ਹੋ ਗਿਆ, ਪਰ ਹਰਮਨ ਸਵੈਮਾਨੀ ਸੀ। ਉਹ ਕਿਸੇ ਦੇ ਅੱਗੇ ਹੱਥ ਨਹੀਂ ਸੀ ਅੱਡਣਾ ਚਾਹੁੰਦੀ। ਇਸ ਲਈ ਉਸਨੇ ਸੋਚਿਆ ਕਿ ਕਿਉਂ ਨਾ ਉਹ ਕੋਈ ਕੰਮ ਕਰ ਲਵੇ। ਇਸ ਲਈ ਉਸਨੇ ਇੱਕ ਸਿਲਾਈ ਦਾ ਕੰਮ ਸ਼ੁਰੂ ਕਰ ਲਿਆ। ਹੋਣਹਾਰ ਹੋਣ ਕਰਕੇ ਉਸ ਨਾਲ ਬਹੁਤ ਸਾਰੇ ਗਾਹਕ ਜੁੜ ਗਏ ਅਤੇ ਉਸਦਾ ਕੰਮ ਬਹੁਤ ਵਧੀਆ ਚੱਲ ਪਿਆ। ਹਰਮਨ ਦੀ ਸੱਸ ਹਰਮਨ ਨੂੰ ਇਸ ਤਰ੍ਹਾਂ ਦੇਖ ਕੇ ਬਹੁਤ ਦੁਖੀ ਹੋਈ ਅਤੇ ਇੱਕ ਦਿਨ ਉਸਨੇ ਹਰਮਨ ਨੂੰ ਕਿਹਾ, ਧੀਏ, ਜ਼ਿੰਦਗੀ ਬਹੁਤ ਲੰਮੀ ਹੈ, ਮੈਂ ਕਿਹੜਾ ਸਾਰੀ ਜ਼ਿੰਦਗੀ ਤੇਰੇ ਨਾਲ ਬੈਠੀ ਰਹਿਣਾ ਹੈ, ਅਤੇ ਤੇਰੀ ਧੀ ਨੇ ਵੀ ਇੱਕ ਦਿਨ ਵਿਆਹੀ ਜਾਣਾ, ਇਸ ਲਈ ਤੂੰ ਆਪਣੇ ਪਤੀ ਦੀ ਨੌਕਰੀ ਕਰ ਲੈ। ਤੇਰਾ ਪਤੀ ਸਰਕਾਰੀ ਨੌਕਰੀ 'ਤੇ ਸੀ ਅਤੇ ਤੈਨੂੰ ਆਰਾਮ ਨਾਲ ਉਸਦੀ ਨੌਕਰੀ ਮਿਲ ਜਾਵੇਗੀ, ਤੇਰਾ ਵਕਤ ਵੀ ਸੌਖਾ ਲੰਘ ਜਾਊ। ਹਰਮਨ ਨੇ ਆਪਣੇ ਪਤੀ ਦੀ ਨੌਕਰੀ ਦੀ ਅਰਜ਼ੀ ਦਿੱਤੀ ਅਤੇ ਉਸਨੂੰ ਨੌਕਰੀ ਮਿਲ ਗਈ। ਹੁਣ ਹਰਮਨ ਨੇ ਕੰਮ 'ਤੇ ਜਾਣਾ ਸ਼ੁਰੂ ਕੀਤਾ। ਹਰਮਨ ਨੇ ਬੜਾ ਸੋਚਿਆ ਕਿ ਉਹ ਇੱਕ ਵਿਧਵਾ ਹੈ ਅਤੇ ਉਸਨੇ ਸਿੱਧਾ ਸਾਧਾ ਜੀਵਨ ਜਿਉਣਾ ਸ਼ੁਰੂ ਕਰ ਦਿੱਤਾ। ਹਰਮਨ ਨੇ ਭਾਵੇਂ ਨੌਕਰੀ ਕਰ ਲਈ ਪਰ ਸਿਲਾਈ ਨਾ ਛੱਡੀ। ਕੰਮ ਲਈ ਅਕਸਰ ਹਰਮਨ ਨੂੰ ਫੋਨ ਆਉਂਦੇ। ਘਰ ਦੇ ਕੰਮ ਕਰਦੀ, ਦਫ਼ਤਰ ਦੇ ਕੰਮ ਕਰਦੀ, ਬਿਲਕੁਲ ਵੀ ਸਮਾਂ ਨਾ ਹੁੰਦਾ। ਇਸ ਲਈ ਜਦੋਂ ਉਹ ਡਿਊਟੀ ਜਾਣ ਟਾਈਮ ਵਰਕਸ ਵਿੱਚ ਬੈਠਦੀ ਤਾਂ ਉਹ ਸਾਰੇ ਫੋਨ ਨੂੰ ਚੈੱਕ ਕਰਦੀ ਅਤੇ ਜਿਨ੍ਹਾਂ ਦਾ ਜਵਾਬ ਦੇਣਾ ਹੁੰਦਾ ਤਾਂ ਬੱਸ ਵਿੱਚ ਬੈਠ ਕੇ ਉਹ ਉਹਨਾਂ ਨੂੰ ਮੁੜ ਕੇ ਦੁਬਾਰਾ ਤੋਂ ਫੋਨ ਕਰਦੀ। ਹਰਮਨ ਦਾ ਇੱਕ ਸਹਿਕਰਮੀ ਪਿਛਲੇ ਪਿੰਡ ਤੋਂ ਹੀ ਬੱਸ ਵਿੱਚ ਬੈਠ ਕੇ ਆਉਂਦਾ ਸੀ ਅਤੇ ਉਸਨੇ ਕੰਮ ਵਾਲੀ ਥਾਂ 'ਤੇ ਜਾ ਕੇ ਹਰਮਨ ਦੀ ਬਦਨਾਮੀ ਕੀਤੀ। ਅਖੇ ਮਸਾਂ ਬਾਹਰ ਨਿਕਲੀ, ਹੁਣ ਕੰਨ ਤੋਂ ਫੋਨ ਹੀ ਨਹੀਂ ਲੈਂਦਾ। ਪਰ ਹਰਮਨ ਸਬਰ ਦਾ ਕੌੜਾ ਘੁੱਟ ਭਰ ਗਈ, ਕਿਉਂਕਿ ਉਹ ਜਾਣ ਚੁੱਕੀ ਸੀ ਕਿ ਵਿਧਵਾ ਕਰਕੇ ਹਰ ਕੋਈ ਉਸਨੂੰ ਮੈਲੀਆਂ ਅੱਖਾਂ ਨਾਲ ਹੀ ਵੇਖਦਾ। ਕੋਈ ਵੀ ਗੱਲ ਹੋਵੇ, ਲੋਕਾਂ ਨੇ ਕਸੂਰ ਤਾਂ ਹਰਮਨ ਦਾ ਹੀ ਕੱਢਣਾ ਸੀ। ਇਸ ਕਰਕੇ ਉਹ ਹਮੇਸ਼ਾ ਸਬਰ ਦੇ ਘੁੱਟ ਭਰ ਲੈਂਦੀ, ਅੱਗੋਂ ਕੁਝ ਨਾ ਬੋਲਦੀ। ਇੱਕ ਦਿਨ ਜਦੋਂ ਹਰਮਨ ਤਿਆਰ ਹੋ ਰਹੀ ਸੀ ਤਾਂ ਉਸਦੀ ਸੱਸ ਨੇ ਕਿਹਾ, ਧੀਏ, ਮੇਰੇ ਪੁੱਤ ਨੇ ਤੈਨੂੰ ਇੱਕ ਵੀ ਸੁੱਖ ਨਹੀਂ ਦਿੱਤਾ, ਪਰ ਜਵਾਨੀ ਵਿੱਚ ਤੈਨੂੰ ਧੋਖਾ ਦੇ ਗਿਆ। ਇਹ ਉਮਰ ਤਾਂ ਤੇਰੀ ਖਾਣ ਹੰਢਾਉਣ ਦੀ ਸੀ, ਮੇਰੇ ਤੋਂ ਤੇਰੇ ਇਹ ਫਿੱਕੇ ਰੰਗ ਨਹੀਂ ਦੇਖੇ ਜਾਂਦੇ। ਤੂੰ ਵਧੀਆ ਪਹਿਨਿਆ ਕਰ, ਲੋਕਾਂ ਦਾ ਕੀ ਹੈ, ਜ਼ਿੰਦਗੀ ਤੇਰੀ ਹੈ ਅਤੇ ਮੈਨੂੰ ਤੇਰੇ 'ਤੇ ਭਰੋਸਾ ਹੈ। ਹਰਮਨ ਨੇ ਆਪਣੇ ਚਿਹਰੇ ਨੂੰ ਸ਼ੀਸ਼ੇ ਵੱਲ ਵੇਖਿਆ ਅਤੇ ਕਹਿਣ ਲੱਗੀ, ਸੱਚੀ, ਮੈਂ ਕਿਸੇ ਸ਼ਹੀਦ ਦੀ ਪਤਨੀ ਤਾਂ ਨਹੀਂ? ਕਿਉਂ ਮੈਂ ਇਹ ਚਿੱਟੀ ਚੁੰਨੀ ਲੈ ਕੇ ਹਮੇਸ਼ਾ ਉਸਨੂੰ ਸ਼ਰਧਾਂਜਲੀ ਦਿੰਦੀ ਰਹਿੰਦੀ ਹਾਂ? ਕਿਉਂ ਮੈਂ ਹਮੇਸ਼ਾ ਉਸਦੇ ਨਾਮ ਦੀ ਮਾਲਾ ਜਪਦੀ ਰਹਿੰਦੀ ਹਾਂ? ਉਸਨੇ ਮੇਰੇ ਨਾਲ ਕੀ ਕੀਤਾ ਹੈ? ਉਸਨੇ ਤਾਂ ਆਪਣੀ ਮਾਂ ਬਾਰੇ ਨਹੀਂ ਸੋਚਿਆ, ਆਪਣੀ ਧੀ ਬਾਰੇ ਨਹੀਂ ਸੋਚਿਆ, ਮੇਰੇ ਬਾਰੇ ਤਾਂ ਉਸਨੇ ਸੋਚਣਾ ਹੀ ਕੀ ਸੀ?
मैं एक नशेड़ी की विधवा हाँ जिन्हें मैनू कदी कोई सुख नहीं दिता ते मैं उस लई अपनी जिंदगी दे रंग खत्म क्यों करा। मैनू भी तो हक है जिंदगी जीण दा। कहिंदे उसने अपने नवे सूट कढ़े ते पा के अपनी काम वाली जगह ते चली गई। जदों वह अपनी काम वाली जगह दे अंदर दाखिल हुई तो सहकर्मियों की कुसर मुसर शुरू हो गई। देखिया बदल गए ना रंग हुण, देख लियो थोड़े टाइम च ही विआह करा लैणा। देखिया मैं कल इसनूं बस दे विच कोई इसनूं कपड़ियां दा लिफाफा फड़ा के गया तां ही तां हुण नित नवे नवे सूट पा के आउंदी है। हरमन ने फिर कौड़ा कुट भरिया क्योंकि वह कपड़िया का लिफाफा किसी का नौकर हरमन बस में सिलाई करने लिए फड़ा के गया सी। हरमन का दिल टुट गया। वह घर आके बहुत रोई। उसने अपनी सस नूं सारी गल दसी ते कहन लगी, माँ मेरे कोलों हुण दुनिया के ताने नहीं सहे जाते। मैं बहुत ही सच्ची होके जिंदगी ज्यों रही हाँ पर फिर भी लोगों दियां मैलियां नज़रां लोगों दियां बेतुकियां गल्लां मेरे तो सहन नहीं हुंदियां। तां उसकी सस ने कहा, धीए ये दुनिया बहुत लोग होणगे तेनू तंग करन वाले तेरे ते उंगलां चुकन वाले। जिंदगी तेरी है, तेनू हक है अपने नाल ढंग नाल जिंदगी ज्यों दा। जेकर इन्हां घटियां लोगों अगे हार के रोण लगी तो कुछ नहीं मनना तेरा। सो अपने नाल हुंदियां ना तू बहादुर बन के आप ही टल। सस दियां गल्लां ने हरमन विच हिम्मत भर दित्ती ते अगली सवेर जदों वह तैयार हो रही सी तां उसने अपने उच्ची अड्डी दे सैंडल कढ लए। वह उच्ची अड्डी दे सैंडल जिन्हां नूं उहने बड़े ही चाह दे नाल खरीदिया सी पर दुखां दे करके कदे वह पा ना सकी। सारे मरे हुए सौंकां नूं उसने दुबारा जगाउण दी कोशिश कीती क्योंकि वह अपनी ते अपनी धी दियां जिंदगियां दे विच रंग भरना चाहुंदी सी। हरमन अज जदों ये सैंडल पा के दफ्तर पहुंची तां इन्हां दी आवाज़ सुन इकट्ठे हुए सहकर्मी अपनी आदत मुताबक फिर बोले, देखिया अज तां उच्ची अड्डी भी पा ली, नित खंभ निकलदे हुण। इस दी तां लाटरी लग गई, पति दी नौकरी भी मिल गई ते अयासी करन दे लई मौका भी। इस लई तां मसां ही मरिया। हरमन दे कालजे दा रुग भर के निकल गया। उसने अपने आप नूं पता नहीं किवें कंट्रोल कीता। जदों ही वह अगे बदन लगी उसके अंदर एक ज्वालामुखी फुटी, अखां च खून उतर आया ते उसके विच चंडी दा रूप आ गया। अज उसके सबर की हद पार हो चुकी सी। अज वह नीवी पा के अपनी सीट ते नहीं गई सगों अपने सहकर्मियों वल मुड़ी ते अपने पाए हुए उच्ची अड्डी दे सैंडल वल उसका हथ वध गया। हरमन का यह नवा रूप देख उसके सहकर्मी डर गए ते उत्थों खिसकन लग पे। ते हुण नित जदों हरमन काम ते आउंदी तां उहदी उच्ची अड्डी की आवाज़ सुन के पहलां ही इकट्ठे होके बैठे सहकर्मी खिसकन लग जाते। धन्यवाद जी। चौहान इंटरटेनमेंट तुहाडा अपना तुहाडे लई।